ਅੱਛਾ ਸਿੱਧੀ ਚੀਜ਼ ਨਾ ਰੱਖ ਜਾਵੇ ਤੋਂ ਬੈਟਰੀ ਚੋਰੀ ਹੋ ਗਈ ਵੱਡੀ ਟਰੱਕ ਦੀ ਅੱਛਾ ਸਿਕਿਉਰਿਟੀ ਡਿੱਗੀ ਲਾ ਗਈ ਫਿਰ ਆਪਾਂ ਸਾਰੇ ਬੰਦੇ ਅੱਧੇ ਬੰਦੇ ਖੜ ਗਏ ਰਾਤ ਵਾਲੇ ਹੋਰ ਕੱਲ ਸਵੇਰੇ ਆਵਾਂਗੇ ਫਿਰ ਭਾਈ ਦੇਖ ਕੇ ਜਾਂਦੇ ਤਾਂ ਸ਼ੂਟਿੰਗ ਕੱਲ ਅੰਦਰ ਹੀ ਜਾਵਾਂਗੇ ਸਿੱਧੇ ਆਵਾਂਗੇ ਨਾ ਯੋਧਾ ਤੋਂ ਆਵਾਂਗੇ ਉੱਪਰੋਂ ਦੀ ਗੱਡੀ ਲਾ ਲਾਂਗੇ ਪਿੱਛੇ ਤੁਰ ਕੇ ਆ ਜਾਵਾਂਗੇ ਇਹਨਾਂ ਦੇ ਟਰੈਕ ਸੂਟ ਤੇ ਪਜਾਮਾ ਪਾ ਕੇ ਆ ਜਾਵਾਂਗੇ ਹਨਾ ਜੇ ਤੁਸੀਂ ਕਿਉਂ ਮਰਜ਼ੀ ਬਸ ਜੇ ਤੁਸੀਂ ਤੋਂ ਕਿਹੜਾ ਲਾਂਗੇ ਤੁਹਾਡੇ ਤੇ ਮੋਹਰ ਚੈੱਕ ਕਰਨੇ ਗੇਟ ਤੇ मैं हाँ ताड़ा होस्ट दोस्त गुरमीत निजर अज असी पहुँच चुके हैं पिंड बलोवाल जिथे पिछले दिनों तो भारत फिल्म की शूटिंग शुरू हुई है और सलमान खान के नाल कैटरीना कैफ ते होर साथी कलाकार इत्थे पहुँचे हुए हैं जिथे शूटिंग चल रही है उस तो कई किलोमीटर पहला ही इन्होंने नाके ला के रास्ता ब्लॉक किया हुआ है सिर्फ परमिशन उस बंदे नूं दित्ती जा रही है जिदे कोले पास पहला ही बने हुए ने ते बहुत ही इत्थे साडे नौजवान और सारे पिंड वासी खड़े ने जिहड़े चाहुंदे ने कि एक झलक सानू शायद सलमान खान की कैटरीना कैफ की मिल सके सो इन्होंने बड़िया उम्मीदों के नाल घरां तों चल के इत्थे पहुँचे ने जाणदे आ वी इन्हां दे दिल ते की बीत रही है की कहना है इन्हां दा हाँ जी भाई जी सर एक्साइटमेंट तो सी देखने की फिल्म की शूटिंग बट नाके लगे हुए है बाउंसर वगैरह खड़े है पुलिस खड़ी है जिदे करके परमिशन नहीं हैगी अंदर जाने की काफ़ी दो तीन घंटिया तो उत्थे खड़े हुए और भी काफ़ी लोग ने जिहड़े कई आ रहे कई वापस जा रहे हैं इस तरह का महसूस हो रहा है इस टाइम एक्साइटमेंट तो सी सर जदों घरों चले थे कि चलो एक चार सीगा मन दे विच देखण दा बट इत्थे आके पता लगे असली कहानी का कि अंदर जाने की तो परमिशन ही नहीं हैगी जिस तरह की उरे पाबंदी है कई किलोमीटर दूर ते ही आपां नूं नाके ते रोकिया गया ਇਹ ਪੋਸੀਬਲ ਹੋ ਸਕਦਾ ਜਾਂ ਨਹੀਂ ਪੋਸੀਬਲ ਤਾਂ ਨਹੀਂ ਹੋ ਸਕਦਾ ਨਾ ਬਿਲਕੁਲ ਨਹੀਂ ਨਾ ਕਿਹੜਾ ਦੂਰ ਦੂਰ ਉੱਧਰ ਵੀ ਬਾਂਸਰ ਖੜੇ ਹੋਏ ਉੱਧਰ ਪਰ ਨਹੀਂ ਸਕਦੇ ਵਿੱਚ ਵੀ ਇਹਨਾਂ ਨੇ ਬਾਂਸਰ ਖੜਾਏ ਹੋਏ ਆ ਜਿਹਦੇ ਕਰਕੇ ਦਿੱਕਤ ਹੈਗੀ ਕਰਾ ਜਿਹਦੀ ਸਿਫਾਰਿਸ਼ ਹੋਈ ਉਹ ਜਾ ਸਕਦੇ ਠੀਕ ਹੈ ਜੀ ਤਾਂ ਐਂ ਭਾਈ ਦੇਖਣਾ ਸੀ ਅੱਛਾ ਜੀ ਮੁਸ਼ਕਲ ਹੈ ਬੋਲ ਜੀ ਨਹੀਂ ਕੀ ਉਮੀਦ ਲੈ ਕੇ ਆਏ ਸੀ ਕਿਹਦੇ ਨਾਲ ਕੋਈ ਫੋਟੋ ਜਾਂ ਸੈਲਫੀ ਖਿਚਾਉਣ ਦਾ ਮਨ ਚ ਚਾਹ ਸੀ ਸੈਲਫੀ ਦਾ ਮਨ ਹੈਗਾ ਸੀ ਪਰ ਬਹੁਤ ਮੁਸ਼ਕਲ ਨਹੀਂ ਹੋਣੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਵੀ ਨਿਰਾਸ਼ ਖੜੇ ਆ ਜੀ ਬਸ ਉਹਨਾਂ ਦੇ ਫੈਨ ਆ ਅਸੀਂ ਮਰੇ ਕੋਲੇ ਤੋਂ ਚੱਲ ਕੇ ਆਏ ਜੀ ਉਹਨਾਂ ਨੂੰ ਦੇਖਣ ਉਹਦੇ ਤੇ ਉਹ ਸਾਨੂੰ ਦੇਖ ਨਹੀਂ ਰਹੇ ਬਸ ਹੁਣ ਤਾਂ ਫਿਲਮ 'ਚ ਹੀ ਦੇਖਾਂਗੇ ਜੀ ਤੇ ਆਉਣਗੇ ਉੱਥੇ ਦੇਖ ਲਾਂਗੇ ਫੀਲਿੰਗ ਲੈ ਲਾਂਗੇ ਵੀ ਹਾਂ ਲੋਕੇਸ਼ਨ ਤੇ ਆਏ ਸੀਗੇ ਤੇ ਇਸੇ ਤਰ੍ਹਾਂ ਹੀ ਇਹਨਾਂ ਨੌਜਵਾਨਾਂ ਦੇ ਨਾਲ ਸਾਡੇ ਮੈਡਮ ਵੀ ਉਰੇ ਆਏ ਹੋਏ ਨੇ ਤੇ ਇਹਨਾਂ ਨੂੰ ਵੀ ਪੁੱਛਦੇ ਆ ਵੀ ਕਿੱਥੋਂ ਆਏ ਨੇ ਤੇ ਇਹਨਾਂ ਦੇ ਮਨ ਦੀ ਕੀ ਫੀਲਿੰਗ ਹੈ ਅਸੀਂ ਜੀ ਡੁਗਰੀ ਤੋਂ ਆਏ ਹਾਂ ਫਸਟ ਟਾਈਮ ਆਏ ਹਾਂ ਮਿਲਣ ਲਈ ਸਲਮਾਨ ਸਰ ਨੂੰ ਬਹੁਤ ਐਕਸਾਈਟਮੈਂਟ ਸੀ ਬਟ ਇੱਥੇ ਰੋਕ ਦਿੱਤਾ ਗਿਆ ਪਹਿਲਾਂ ਹੀ ਹੁਣ ਉਮੀਦ ਹੈ ਕਿ ਸ਼ਾਇਦ ਉੱਥੇ ਕੁਝ ਹੋ ਜਾਏ ਹਲੇ ਵੀ ਇੱਥੇ ਵੀ ਹਲੇ ਮਨ ਦੇ ਵਿੱਚ ਉਮੀਦ ਹੈ ਕਿ ਸ਼ਾਇਦ ਆਉਂਦੇ ਜਾਂਦਿਆਂ ਦੀ ਕੋਈ ਝਲਕ ਪੈ ਜਵੇ ਹਾਂਜੀ ਹਾਂਜੀ ਵੀ ਬਿਲਕੁਲ ਉਮੀਦ ਹੈਗੀ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਬਸ ਇੱਕ ਝਲਕ ਹੀ ਮਿਲ ਜਾਏ ਉਹ ਵੀ ਦੇਖਣ ਨੂੰ ਉਹ ਵੀ ਬਹੁਤ ਹੈ ਜੀ ਹਜੇ ਤਾਂ ਬਾਕੀ ਫੋਟੋ ਖਿਚਾਉਣ ਵਾਲਾ ਤਾਂ ਮੁਸ਼ਕਲ ਹੀ ਕੰਮ ਹੈਗਾ ਦੋਨੋਂ ਕੈਟਰੀਨਾ ਦੀ ਜਾਂ ਮਤਲਬ ਕਿਸੇ ਦੀ ਵੀ ਹੋ ਜਾਏ ਜੀ ਮਤਲਬ ਸਲਮਾਨ ਜੀ ਦੀ ਥੋੜਾ ਜ਼ਿਆਦਾ ਹੈਗੀ ਹੈ ਕੈਟਰੀਨਾ ਜੀ ਦੀ ਥੋੜੀ ਘੱਟ ਹੈ ਜੀ ਬਾਕੀ ਕਿਸੇ ਦੀ ਵੀ ਝਲਕ ਮਿਲ ਜਾਏ ਜਾਂ ਕੋਈ ਫੋਟੋ ਖਿਚਾਉਣ ਦਾ ਮੌਕਾ ਮਿਲ ਜਾਏ ਹੋਰ ਇਸ ਤੋਂ ਜ਼ਿਆਦਾ ਕੋਈ ਉਮੀਦ ਹੈ ਨਹੀਂ ਜੀ ਹੋਰ ਇੰਨਾ ਕੀ ਹੋ ਜਾਏ ਉਹੀ ਬਹੁਤ ਹੈ ਜੀ ਸੋ ਦੋਸਤੋ ਅਸੀਂ ਇਹ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਲਮਾਨ ਖਾਨ ਦੇ ਬਹੁਤ ਜ਼ਿਆਦਾ ਫੈਨਸ ਨੇ ਔਰ ਅੱਜ ਇਸ ਪਿੰਡ ਦੇ ਵਿੱਚ ਜਿਸ ਤਰ੍ਹਾਂ ਸ਼ੂਟਿੰਗ ਹੋ ਰਹੀ ਹੈ ਤੇ ਉਮੀਦ ਤਾਂ ਸੈਲਫੀ ਦੀ ਲੈ ਕੇ ਕਈ ਲੋਕ ਇੱਥੇ ਪਹੁੰਚੇ ਨੇ ਪਰ ਉਹ ਹੁਣ ਸੈਲਫੀ ਤੋਂ ਵੀ ਉਮੀਦ ਘਟਾ ਕੇ ਸਿਰਫ ਇੱਕ ਝਲਕ ਤੇ ਹੀ ਸਬਰ ਕਰਨਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਸਾਨੂੰ ਇੱਕ ਝਲਕ ਹੀ ਕੈਟਰੀਨਾ ਕੈਫ ਜਾਂ ਸਲਮਾਨ ਖਾਨ ਦੀ ਮਿਲ ਜਾਵੇ ਤਾਂ ਉਹ ਵੀ ਬਹੁਤ ਹੈ ਪਰ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕਈ ਕਿਲੋਮੀਟਰ ਪਹਿਲਾਂ ਹੀ ਨਾਕੇ ਲਾਏ ਗਏ ਨੇ ਬਾਉਂਸਰ ਉੱਧਰ ਨੂੰ ਵੱਲ ਨੂੰ ਜਾਣ ਦੇਣੇ ਹੀ ਨਹੀਂ ਰਹੇ ਸੋ ਦੇਖਦੇ ਹਾਂ ਵੀ ਇਹਨਾਂ ਦੀਆਂ ਉਮੀਦਾਂ ਕਿੱਥੇ ਤੱਕ ਖਰੀਆਂ ਉਤਰਦੀਆਂ ਨੇ ਅਤੇ ਮੈਂ ਫਿਰ ਤੁਹਾਨੂੰ ਅਗਲੀ ਸਮਾਚਾਰ ਦੇ ਨਾਲ ਫਿਰ ਅਸੀਂ ਲੈ ਕੇ ਚੱਲਾਂਗੇ ਫੋਕਸ ਪੰਜਾਬੀ ਤੋਂ ਗੁਰਮੀਤ ਨਿੱਜਰ ਕੈਮਰਾਮੈਨ ਸਰਬਜੀਤ ਧਨੇਸਰ ਦੇ ਨਾਲ